ਜਿੱਮੇ ਗਾਉਂਦਾ ਨਾ ਹੁੰਦਾ ਆ ਜਾ ਫਿਰ ਮੈਨੂੰ ਪੁਲਿਸ ਵਾਲਾ ਕੋਈ ਕਿਸੇ ਦੇ ਕੋਈ ਜੈਂਟਲਮੈਨ ਜੀ ਦੇ ਪ੍ਰੋਪਰ ਅੰਬਰਦੀ ਪਾਈ ਕਈਆਂ ਨੇ ਬਹੁਤ ਫੱਬਦੀ ਹੁੰਦੀ ਐ ਤੇ ਮੈਨੂੰ ਧਰੂ ਲਾਉਂਦਾ ਹਾਂ ਵੀ ਅੱਜ ਵੀ ਬੇਸਿਕਲੀ ਸਿੰਗਰ ਤਾਂ ਯਾਰ ਵੀ ਕੁਟ ਕੁਟ ਡੀਐਸਪੀ ਤਾਂ ਹੋਣਾ ਚਾਹੀਦਾ ਸੀ ਮੈਂ ਕੋਈ ਇਹ ਨਹੀਂ ਸੋਚ ਕੇ ਫਿਲਮ ਬਣਾਉਣਾ ਹੁੰਦਾ ਵੀ ਮੈਂ ਮਾੜੀ ਬਣਾਵਾਂ ਲੇਕਿਨ ਬਾਕੀ ਆਡੀਅנס ਨੂੰ ਤਾਂ ਕੋਈ ਮਤ ਨਹੀਂ ਦੇ ਸਕਦਾ ਜੇ ਆਡੀਅנס ਨੂੰ ਜਿਹੜੀ ਚੀਜ਼ ਚੰਗੀ ਲੱਗਣੀ ਹੈ ਉਹ ਦੇਖਣੀ ਦੇਖਣੀ ਇਸ ਫਿਲਮ ਦਾ ਜੋ ਕਨਸੈਪਟ ਹੈਗਾ ਬੀਰ ਜੁਗਾਰੀ ਨਸ਼ਾ ਭ੍ਰਸ਼ਟਾਚਾਰ ਪੋਲੀਟੀਕਲ ਸਿਸਟਮ ਲਾਅ ਐਂਡ ਆਰਡਰ ਸਾਰਿਆਂ ਦੇ ਉੱਤੇ ਨਿਸ਼ਾਨਾ ਲਾ ਰਿਹਾ ਸੀ ਦੇ ਕੁ ਖੜ ਕੇ ਜ਼ਮਾਨਾ ਸਿਲਾ ਮੰਗੇ ਨਿਸ਼ਾਨਾ ਹਜ਼ ਬਹਿਰੀਆਂ ਨਾ ਹੋਣੀ ਮੁਲਾਕਾਤ ਵਾਕੀਏ ਸਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਗੂਗਲ ਬਾਲੀਵੁੱਡ ਤੇ ਮੈਂ ਹਾ ਤੁਹਾਡੇ ਨਾਲ ਮੁਕਤਾ ਵਾਲੀਆ 125 ਨਵੰਬਰ ਨੂੰ ਸਿਨੇਮਾ ਘਰਾਂ ਦੇ ਵਿੱਚ ਲੱਗਣ ਜਾ ਰਿਹਾ ਨਿਸ਼ਾਨਾ ਤੇ ਨਿਸ਼ਾਨਾ ਲਗਾਉਣ ਵਾਲੇ ਕੁਲਵਿੰਦਰ ਬਿਲਾ ਜੀ ਸਾਡੇ ਨਾਲ ਨੇ ਸਸੀ ਕਾਲ ਸਰ ਬਹੁਤ ਬਹੁਤ ਸਵਾਗਤ ਸਸੀ ਕਾਲ ਜੀ ਸਸੀ ਕਾਲ ਸਰ ਕਿਵੇਂ ਹਾਲ ਚਾਲ ਮੈਂ ਬਹੁਤ ਵਧੀਆ ਤੁਸੀਂ ਦੱਸੋ ਬਹੁਤ ਵਧੀਆ ਪਹਿਲੇ ਤਾਂ ਇਹ ਜਾਨਣਾ ਚਾਹੂੰਗੀ ਕਿ ਨਿਸ਼ਾਨਾ ਕਿਦੇ ਉੱਤੇ ਸਾਧ ਰਹੇ ਹੋ ਨਿਸ਼ਾਨਾ ਅਸੀਂ ਜਿਹੜਾ ਸਾਧ ਰਹੇ ਆ ਜੋ ਪੰਜਾਬ ਦੇ ਹਾਲਾਤ ਬਣੇ ਹੋਏ ਇਸ ਫਿਲਮ ਦਾ ਜਿਹੜਾ ਕਨਸੈਪਟ ਹੈਗਾ ਬੇਰ ਜੁਗਾਰੀ ਨਸ਼ਾ ਭ੍ਰਿਸ਼ਟਾਚਾਰ ਪੋਲੀਟੀਕਲ ਸਿਸਟਮ ਲਾਅ ਐਂਡ ਆਰਡਰ ਸਾਰਿਆਂ ਦੇ ਉੱਤੇ ਨਿਸ਼ਾਨਾ ਲਾ ਰਹੇ ਸੀ ਸਰ ਸਿੰਗਿੰਗ ਜਗਤ ਤੋਂ ਤਾਂ ਠੀਕ ਸ਼ੁਰੂਆਤ ਹੁੰਦੀ ਹੈ ਹੁਣ ਐਕਟਿੰਗ ਲਾਈਨ ਦੇ ਨਾਲ ਜੁੜ ਗਏ ਹੋ ਹਨਾ ਤੇ ਕਨਸੈਪਟ ਨੂੰ ਲੈ ਕੇ ਜਦੋਂ ਤੁਹਾਡੇ ਕੋਲ ਸਕ੍ਰਿਪਟ ਆਉਂਦੀ ਹੈ ਕਿੰਨੇ ਕੁ ਚੂਜ਼ ਹੀ ਰਹਿੰਦੇ ਹੋ ਤੁਸੀਂ ਉਸ ਚੀਜ਼ ਨਹੀਂ 100 ਨਹੀਂ ਨਹੀਂ 100% ਚੂਜੀ ਤਾਂ ਮੈਂ ਨਹੀਂ ਰਹਨੇਗਾ ਮੈਨੂੰ ਲੱਗਦਾ ਕੁਝ ਵੱਖਰਾ ਕਰੀਏ ਜੋ ਨਾ ਕਿ ਲੱਗੇ ਵੀ ਇਸ ਚੀਜ਼ ਨੂੰ ਕਰਕੇ ਤੁਹਾਨੂੰ ਆਪਣੇ ਆਪ ਨੂੰ ਸਕੂਨ ਤਾਂ ਮਿਲੇ ਇਸ ਫਿਲਮ ਦੇ ਲਈ ਮੈਂ ਕਹਿ ਸਕਦਾ ਕਿ ਕਾਫੀ ਮਿਹਨਤ ਵੀ ਕੀਤੀ ਹੈਗੀ ਅਸੀਂ ਨੇ ਸਾਰਿਆਂ ਨੇ ਇਹ ਫਿਲਮ ਦੇ ਵਿੱਚ ਐਕਸ਼ਨ ਫਰਸਟ ਮੂਵੀ ਹੈਗੀ ਤੇ ਹੋਲੀ ਹੋਲੀ ਬੰਦਾ ਕੋਈ ਕੰਮ ਕਰ ਕਰਕੇ ਸਿੱਖਦਾ ਹੈਗਾ ਤੇ ਇਸ ਫਿਲਮ ਲਈ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਸਰ ਜੇਕਰ ਅਸੀਂ ਗੱਲ ਕਰੀਏ ਯੰਗਸਟਰਸ ਦਾ ਡ੍ਰੀਮ ਇਹ ਹੁੰਦਾ ਹੈ ਕਿ ਅਸੀਂ ਵੱਡੇ ਹੋ ਕੇ ਜਾਂ ਤਾਂ ਪੁਲਿਸ ਚ ਜਾਈਏ ਜਾਂ ਫਿਰ ਆਰਮੀ ਜੁਆਇਨ ਕਰ ਲਈਏ ਤੇ ਜਾਂ ਆਪਾਂ ਮਾਡਲ ਬਣ ਜਾਈਏ ਤੇ ਤੁਹਾਡਾ ਪਹਿਲੇ ਕੀ ਡ੍ਰੀਮ ਹੁੰਦਾ ਸੀ ਕਿ ਡੈਸਟੀਨੀ ਇੱਥੇ ਤੱਕ ਲਈਏ ਜਾਂ ਨਹੀਂ ਵੈਸੇ ਮੇਰਾ ਜਿਹੜਾ ਸੁਪਨਾ ਸੀ ਮੇਰਾ ਤੋਂ ਸ਼ੁਰੂ ਤੋਂ ਬਚਪਨ ਤੋਂ ਆਉਦੇ ਆਪ ਨੂੰ ਮੈਂ ਗੌਂਦਾ ਦੇਖਦਾ ਸੀਗਾ ਜੇ ਮੈਂ ਗੌਂਦਾ ਨਾ ਹੁੰਦਾ ਆ ਜਾ ਫਿਰ ਮੈਨੂੰ ਪੁਲਿਸ ਵਾਲਾ ਕੋਈ ਕਿਸੇ ਦੇ ਕੋਈ ਜੈਂਟਲਮੈਨ ਜੀ ਦੇ ਪ੍ਰੋਪਰ ਐ ਵਰਦੀ ਪਾਈ ਉਹ ਕਈਆਂ ਨੇ ਬਹੁਤ ਫੱਬਦੀ ਹੁੰਦੀ ਹੈ ਤੇ ਮੈਨੂੰ ਜ਼ਰੂਰ ਆਉਂਦਾ ਵੀ ਅੱਜ ਵੀ ਬੇਸਿਕਲੀ ਸਿੰਗਰ ਤਾਂ ਯਾਰ ਵੀ ਘੱਟੋ ਘੱਟ ਡੀਐਸਪੀ ਤਾਂ ਹੋਣਾ ਚਾਹੀਦਾ ਸੀ ਮੈਂ ਕਹ ਲਿਆ ਕਿ ਡੈਸਟੀਨੀਏ ਤੇ ਤੱਕ ਹੁਣ ਤੁਹਾਨੂੰ ਲੈ ਕੇ ਆਈ ਹੈ ਤੇ ਤੁਹਾਨੂੰ ਪੁਲਿਸ ਦਾ ਕਿਰਦਾਰ ਇਹਦੇ ਵਿੱਚ ਮਿਲਿਆ ਹੈ ਨਾ ਪਹਿਲੇ ਤਾਂ ਆਪਣੇ ਆਪ ਨੂੰ ਪੁਲਿਸ ਦੀ ਵਰਦੀ ਦੇ ਵਿੱਚ ਦੇਖ ਕੇ ਕਿੱਦਾਂ ਦਾ ਮਹਿਸੂਸ ਕੀਤਾ ਸੀ ਜੀ ਮੈਂ ਮੈਂ ਜੋ ਸ਼ੀਸ਼ੇ 'ਚ ਦੇਖਿਆ ਮੈਂ ਬਹੁਤ ਸੋਹਣਾ ਲੱਗਿਆ ਹਮੇਸ਼ਾ ਸਾਰਾ ਨੂੰ ਸੋਹਣਾ ਲੱਗੂਗਾ ਹਾਂਜੀ ਤੇ ਇਸ ਫਿਲਮ ਨੂੰ ਕਰਕੇ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਗੁੱਗੂ ਗਿਲਜੀ ਜਿਨ੍ਹਾਂ ਨੂੰ ਆਪਾਂ ਬਚਪਨ ਤੋਂ ਦੇਖਦੇ ਆਂ ਤੁਸੀਂ ਵੀ ਉਹਨਾਂ ਨੂੰ ਦੇਖਿਆ ਹੋਣਾ ਉਹਨਾਂ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਕੀ ਕੁਝ ਸਿੱਖਣ ਨੂੰ ਮਿਲੇ ਕਿੱਦਾਂ ਦਾ ਲੱਗਿਆ ਉਹਨਾਂ ਦਾ ਬਿਲਕੁਲ ਬਿਲਕੁਲ ਇਸ ਫਿਲਮ ਦਾ ਪਹਿਲਾਂ ਤਾਂ ਐਕਸ਼ਨ ਦੀ ਗੱਲ ਕਰੀ ਐਕਸ਼ਨ ਦੇ ਨਾਲ ਕਾਮੇਡੀ ਇਹ ਫਿਲਮ ਦੇ ਵਿੱਚ ਕਾਫੀ ਚੀਜ਼ਾਂ ਨੰਮੇ ਚੀਜ਼ਾਂ ਐਕਸਪੀਰੀਅੰਸ ਹੋਇਆ ਤੇ ਗੁੱਗੂ ਗਲਭਾਜੀ ਦੀ ਗੱਲ ਕਰੀ ਤੇ ਉਹ ਤਾਂ ਹੈ ਹੀ ਕਮਾਲ ਦੇ ਹੈਗੇ ਸਾਰਿਆਂ ਨੇ ਆਪਾਂ ਬਚਪਨ ਤੋਂ ਦੇਖਿਆ ਅੱਜ ਵੀ ਉਦਾਂ ਦੇ ਹੀ ਪਏ ਨੇ ਪਹਿਲਾਂ ਤਾਂ ਐ ਲੱਗਦਾ ਉਦੋਂ ਦੇ ਵੀ ਇੰਨੀ ਜੰਗ ਸੀ ਅੱਜ ਵੀ ਸੇਮ ਹੀ ਜੰਗ ਲੱਗ ਰਿਹਾ ਹੈਗੇ ਉਹਨਾਂ ਦਾ ਸਭ ਤੋਂ ਵੱਡੀ ਕੈਸਾ ਨਾ ਕਿ ਉਹਨਾਂ ਦਾ ਜਿਹੜਾ ਸੁਭਾਅ ਹੈ ਉਹਨਾਂ ਦੀ ਜਿਹੜੀ ਨੇਚਰ ਹੈ ਤੇ ਉਹ ਪਰਮਾਤਮਾ ਨੂੰ ਮੰਨਦੇ ਆ ਹਮੇਸ਼ਾ ਸਵੇਰੇ ਉੱਠ ਕੇ ਗੁਰੂ ਘਰ ਜਾਂਦੇ ਆਗੇ ਤੇ ਹਮੇਸ਼ਾ ਸਭ ਨੂੰ ਪਿਆਰ ਦਿੰਦੇ ਆਗੇ ਵੱਡਿਆਂ ਨੂੰ ਛੋਟਿਆਂ ਨੂੰ ਕਦੇ ਉਹਨ ਤੇ چھوٹے ਹੁੰਦੇ ਬੀਸੀਆਰ ਤੋਂ ਲੈ ਕੇ ਹੁਣ ਥੀਏਟਰਸ ਤੱਕ ਉਹਨਾਂ ਨੂੰ ਦੇਖਦੇ ਆਇਆਂਗੇ ਤੇ ਇੱਕ ਜ਼ਿੰਦਗੀ ਦੇ ਸੁਪਨਾ ਪੂਰਾ ਹੋਣ ਵਾਲੀ ਗੱਲ ਹੈ ਜਦੋਂ ਅਸੀਂ ਪੰਜਾਬੀ ਸਿਨੇਮਾ ਦੇ ਵਿੱਚ ਐਕਸ਼ਨ ਦੇਖਦੇ ਹਾਂ, ਥ੍ਰਿਲਰ ਦੇਖਦੇ ਹਾਂ ਤਾਂ ਆਪਾਂ ਸਿੱਧਾ ਉਹਦਾ ਕੰਪੈਰੀਜ਼ਨ ਕਰਦੇ ਹਾਂ ਸਾਊਥ ਨਾਲ ਕਿ ਸਾਊਥ ਨੂੰ ਇੱਥੇ ਆਉਣ ਲੱਗਿਆ ਪੰਜਾਬੀ ਇੰਡਸਟਰੀ ਦੇ ਵਿੱਚ ਵੀ। ਜੇ ਆਪਾਂ ਪਾਕਿਸਤਾਨੀ ਫਿਲਮ ਦੀ ਗੱਲ ਕਰੀਏ ਰੀਸੈਂਟ ਹੀ ਮੋਲਾ ਜੱਟ ਰਿਲੀਜ਼ ਹੋਈ ਉਹਦੇ ਵਿੱਚ ਹੀ ਵੀ ਕਾਫੀ ਕੁਝ ਸਾਨੂੰ ਦੇਖਣ ਨੂੰ ਮਿਲਿਆ ਤੇ ਆਡੀਅנס ਨੇ ਵੀ ਉਸ ਚੀਜ਼ ਨੂੰ ਬਹੁਤ ਪਸੰਦ ਕੀਤਾ ਕਿ ਲੱਗਦਾ ਹੈ ਕਿ ਉਸ ਤਰ੍ਹਾਂ ਦੇ ਕਨਸੈਪਟਸ ਜਿਹੜੇ ਹੈਗੇ ਨੇ ਪੰਜਾਬੀ ਇੰਡਸਟਰੀ ਦੇ ਵਿੱਚ ਵੀ ਆਉਣਗੇ ਤੇ ਕਰੋੜਾਂ ਦਾ ਬਿਜ਼ਨਸ। ਬਿਲਕੁਲ ਬਿਲਕੁਲ ਦੇਖੋ ਹੁਣ ਮੋਲਾ ਜੱਟ ਦੀ ਕਿ ਆਪਾਂ ਐਗਜ਼ਾਮਪਲ ਲੈ ਰਹੇ ਹਾਂ ਜੇ ਆਪਾਂ ਪੰਜਾਬੀ ਫਿਲਮ ਨੂੰ ਵੱਡਾ ਸੋਚਣ ਦੀ ਕੋਸ਼ਿਸ਼ ਇਹ ਕਰਾਂਗੇ ਜਿਵੇਂ ਸਾਊਥ ਵੀਕ ਆਪਣਾ ਹੋਇਆ ਉਦਾਂ ਹੀ ਜੇ ਆਪਾਂ ਪੰਜਾਬ ਨੂੰ ਪੰਜਾਬੀ ਫਰਮਾਂ ਨੂੰ ਇੱਕ ਵੱਡਾ ਸੋਚਾਂਗੇ ਵੱਡੇ ਬਜਟ ਲਾਵਾਂਗੇ ਤਾਂ ਅਸੀਂ ਬਾਲੀਵੁੱਡ ਦੇ ਨਾਲ ਟੱਕਰ ਦੇ ਸਕਦੇ ਹਾਂ ਦੂਜੀ ਫਿਲਮ ਵਿੱਚ ਮਹੌਲਾ ਜੱਟ ਵੀ ਕਾਫੀ 150 ਕਰੋੜ ਦੇ ਨੇੜੇ ਚੜੇ ਬਜਟ ਪੂਰਾ ਕਰਕੇ ਆਪਣਾ ਹੋ ਤੇ ਐਕਸਪੀਰੀਅੰਸ ਹੋਣਗੇ ਹੌਲੀ ਹੌਲੀ ਹਰ ਸਾਲ ਬਹੁਤ ਸਾਰੀਆਂ ਫਿਲਮਾਂ ਰਿਲੀਜ਼ ਹੁੰਦੀਆਂ ਨੇ ਕਈ ਸੁਪਰ ਡੂਪਰ ਹਿੱਟ ਜਾਂਦੀਆਂ ਕਈ ਫਲॉप ਹੋ ਜਾਂਦੀਆਂ ਕਈ ਹਿੱਟ ਜਾਂਦੀਆਂ ਨੇ ਇਹ ਜਿਹੜਾ ਤਾਨਾ ਬਾਨਾ ਉਲਝਿਆ ਹੋਇਆ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਸੁਲਝ ਸਕਦਾ ਹੈ ਦੇਖੋ ਹਰ ਕੋਈ ਨਹੀਂ ਸੋਚ ਕੇ ਫਿਲਮ ਬਣਾਉਣਾ ਹੁੰਦਾ ਵੀ ਮੈਂ ਮਾੜੀ ਬਣਾਵਾਂ ਲੇਕਿਨ ਬਾਕੀ ਆਡੀਅנס ਨੂੰ ਤਾਂ ਕੋਈ ਮਤ ਨਹੀਂ ਦੇ ਸਕਦਾ ਜੇ ਆਡੀਅנס ਨੂੰ ਜਿਹੜੀ ਚੀਜ਼ ਚੰਗੀ ਲੱਗਣੀ ਹੈ ਉਹ ਦੇਖਣੀ ਦੇਖਣੀ ਹੈ ਨਾ ਤੇ ਬਾਕੀ ਪ੍ਰੋਡਿਊਸਰ ਹਰ ਸੋਚਦਾ ਹੁੰਦਾ ਵੀ ਮੈਂ ਵਧੀਆ ਬਣਾਵਾਂ ਸਰ ਪੱਛੀ ਨਵੰਬਰ ਨੂੰ ਤਾਂ ਨਿਸ਼ਾਨਾ ਆਈ ਰਹੀ ਹੈ ਉਸ ਤੋਂ ਬਾਅਦ ਚੱਲ ਜਿੰਦੀ ਇਹਦੀ ਵੀ ਤਿਆਰੀ ਹੈਗੀ ਹੈ ਨਾ ਨੀਰੂ ਬਾਜਵਾ ਮੈਮ ਦੇ ਨਾਲ ਤੁਸੀਂ ਉਹਦੇ ਵਿੱਚ ਕੰਮ ਕਰ ਰਹੇ ਹੋ ਹਰੇਕ ਆਰਟਿਸਟ ਦਾ ਡ੍ਰੀਮ ਹੁੰਦਾ ਹੈ ਕਿਉਂਕਿ ਕਾਫੀ ਸੁਲਝੇ ਹੋਏ ਤੇ ਕਾਫੀ ਪੁਰਾਣੇ ਆਰਟਿਸਟ ਨੇ ਨੀਰੂ ਬਾਜਵਾ ਮੈਮ ਹਨ ਤੇ ਤੁਹਾਨੂੰ ਕਿਦਾਂ ਦਾ ਐਕਸਪੀਰੀਅੰਸ ਹੈ ਤੁਹਾਨੂੰ ਕਿਦਾਂ ਦਾ ਮਹਿਸੂਸ ਹੁੰਦਾ ਹੈ ਉਹਨਾਂ ਦੇ ਨਾਲ ਕੰਮ ਕਰਕੇ ਚਾਹ ਦੇਖਦੇ ਹੋਣ ਦੇਖੋ ਉਹਨਾਂ ਨਾਲ ਫਿਲਮ ਕਰਕੇ ਦੋ ਦੋ ਐਕਸਪੀਰੀਅੰਸ ਹੋਏ ਇੱਕ ਤਾਂ ਚਲੋ ਫਿਲਮ ਤਾਂ ਕੀਤੀ ਕੀਤੀ ਹੈ ਤੇ ਉਹ ਫਿਲਮ ਅਸੀਂ ਦੋਨਾਂ ਨੇ ਪ੍ਰੋਡਿਊਸ ਕੀਤੀ ਉਹ ਨੀਰੂ ਬਾਜਵਾ ਜੀ ਵੀ ਮੇਰੇ ਨਾਲ ਇਸ ਫਿਲਮ ਦੇ ਤੇ ਸਾਡੇ ਦੋਨਾਂ ਦੀ ਬੈਨਰ ਦੀ ਫਿਲਮ ਹੈ ਮੇਰੇ ਬੈਨਰ ਦੀ ਫਰਸਟ ਮੂਵੀ ਹੈਗੀ ਓਬਵੀਸਲੀ ਉਹ ਬਹੁਤ ਬਦਿਆਨ ਇਨਸਾਨ ਨੇ ਹੋਗੀ ਸਰ ਜਿਸ ਤਰ੍ਹਾਂ ਤੁਸੀਂ ਸਿੰਗਰ ਵੀ ਹੋ ਤੇ ਮੈਂ ਚਾਹੂੰਗੀ ਕਿ ਤੁਸੀਂ ਗਾਣਾ ਵੀ ਜ਼ਰੂਰ ਸੁਣਾਓ ਤੇ ਦੇਖੂ ਖੜਕੇ ਜ਼ਮਾਨਾ ਸਿਲਾ ਮੰਗੇ ਨਿਸ਼ਾਨ ਹਜ਼ ਬਹਿਰੀਆਂ ਨਾ ਹੋਣੀ ਮੁਲਾਕਾਤ ਬਾਕੀਏ ਮੁਲਾਕਾਤ ਹੋਣੀ ਹੈ 25 ਨਵੰਬਰ ਨੂੰ ਸਿਨੇਮੇ ਕਰਾਚੀ ਥੈਂਕ ਯੂ ਸੋ ਮੈਨ ਥੈਂਕ ਯੂ